ਚਰਚਾ ਹੋਈ ਅੱਜ, ਤੁਹਾਨੂੰ ਕੀ ਲੱਗਦਾ ਕਿਸ ਮਸਲੇ ਤੇ ਚਰਚਾ ਹੋਣੀ ਚਾਹੀਦੀ ਹੈ ਤੇ ਹੋਏਗੀ? ਦੇਖੋ, ਪੰਜਾਬ ਦੇ ਕਾਫੀ ਮੁੱਦੇ ਹੈਗੇ ਨੇ ਅੱਜ, ਜਿਵੇਂ ਪਹਿਲਾਂ ਕੁਐਸਚਨ ਆਵਰ ਵੀ ਹੈਗਾ, ਉਹਦੇ ਵਿੱਚ ਸਵਾਲ ਵੀ ਲੱਗੇ ਹੋਏ ਨੇ ਕੁਝ ਸੜਕਾਂ ਨੂੰ ਲੈ ਕੇ, ਸੜਕਾਂ ਦੀ ਮੁਰੰਮਤ ਨੂੰ ਲੈ ਕੇ ਜਿਹੜੇ ਮੇਰੇ ਆਪਣੇ ਸਵਾਲ ਲੱਗੇ ਹੋਏ ਆ, ਤੇ ਉਸ ਤੋਂ ਬਿਨਾਂ ਹੋਰ ਵੀ ਜਿਹੜੇ ਇਸ਼ੂਜ਼ ਹੈਗੇ ਨੇ ਉਹ ਲੋਕਾਂ ਨਾਲ ਸੰਬੰਧਿਤ, ਚਾਹੇ ਉਹ ਵੱਖ ਵੱਖ ਵਿਸ਼ਿਆਂ ਦੇ ਆ, ਮੁਲਾਜ਼ਮਾਂ ਦੇ ਨੇ, ਕੱਲ੍ਹ ਵੀ ਕਾਫੀ ਜਿਹੜੇ ਮੁਲਾਜ਼ਮਾਂ ਦੇ ਮੁੱਦੇ ਸੀਗੇ ਚੱਕੇ ਗਏ, ਕਿਉਂਕਿ ਮੁਲਾਜ਼ਮਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਰਕਾਰ ਨੇ, 2.5 ਸਾਲ ਲੰਘੇ, ਲੇਕਿਨ ਉਹ ਵਾਅਦੇ ਪੂਰੇ ਨਹੀਂ ਹੋ ਸਕੇ ਅਜੇ ਤੱਕ। ਓਲਡ ਪੈਨਸ਼ਨ ਸਕੀਮ ਦਾ ਜਿਹੜਾ ਮਸਲਾ ਹੈਗਾ, ਉਹ ਤਕਰੀਬਨ ਬਹੁਤ ਸਾਰੇ ਮੁਲਾਜ਼ਮਾਂ ਨਾਲ ਜੁੜਿਆ ਹੋਇਆ, ਹੋਰ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਨੇ, ਜਿਹੜੀਆਂ ਤਰਸ ਆਧਾਰ 'ਤੇ ਨੌਕਰੀਆਂ ਦਾ ਮਸਲਾ, ਕਿਸੇ ਦੀ ਜੇ ਮੌਤ ਹੋ ਜਾਂਦੀ ਆ, 3-3, 4-4 ਸਾਲ ਉਹ ਪਰਿਵਾਰ ਦੇ ਮੈਂਬਰ ਉਹ ਧੱਕੇ ਖਾਂਦੇ ਰਹਿੰਦੇ ਨੇ। ਸੋ ਇਸ ਤਰ੍ਹਾਂ ਦੇ ਜਿੰਨੇ ਵੀ ਮੁਲਾਜ਼ਮਾਂ ਨਾਲ ਜੁੜੇ ਹੋਏ ਮਸਲੇ ਨੇ ਉਹਨਾਂ 'ਤੇ ਵੀ, ਕਿਸਾਨਾਂ ਦੇ ਮਸਲੇ ਵੀ ਚੱਕੇ ਗਏ ਨੇ। ਸੋ ਹਰ ਵਰਗ ਦਾ ਮਸਲਾ, ਜਿਹੜਾ ਜਿੰਨਾ ਵੀ ਸਾਨੂੰ ਸਮਾਂ ਮਿਲੂਗਾ, ਤੇ ਅਸੀਂ ਹਰ ਵਰਗ ਦੇ ਮਸਲੇ ਆ ਜਿਹੜੇ ਵਿਧਾਨ ਸਭਾ 'ਚ ਉਠਾਵਾਂਗੇ। ਸਪੀਕਰ ਸਾਹਿਬ ਨੇ ਇੱਕ ਹੋਮ ਸੈਕਟਰੀ ਨੂੰ ਚਿੱਠੀ ਲਿਖ ਕੇ ਸਾਰੇ ਭ੍ਰਿਸ਼ਟ ਅਧਿਕਾਰੀਆਂ ਦਾ ਡਾਟਾ ਮੰਗਿਆ, ਹਾਲਾਂਕਿ ਪਹਿਲਾਂ ਕੇਸਰੀ ਦੇ ਮਸਲੇ ਦੀ ਗੱਲ ਹੋਈ ਸੀ, ਪਰ ਕਹਿੰਦੇ ਨੇ ਕਿ ਉਹ ਇੱਕ ਦੀ ਜਗ੍ਹਾ ਤੇ ਸਾਰਿਆਂ ਦਾ ਜਿਹੜਾ ਹੈਗਾ ਡਾਟਾ ਮੰਗ ਲਿਆ ਗਿਆ, ਚਿੱਠੀ ਲਿਖੀ ਗਈ ਹੈ ਸਪੀਕਰ ਸਾਹਿਬ ਵੱਲੋਂ। ਦੇਖੋ, ਭ੍ਰਿਸ਼ਟਾਚਾਰ ਨੂੰ ਲੈ ਕੇ ਸਰਕਾਰ ਬਣੀ ਸੀਗੀ, ਇਹਨਾਂ ਦਾ ਮੁੱਖ ਮੁੱਦਾ ਸੀ ਦਿੱਲੀ ਦੇ ਵਿੱਚ ਵੀ ਕੇਜਰੀਵਾਲ ਸਾਹਿਬ ਦਾ ਤੇ ਪੰਜਾਬ ਦੇ ਵਿੱਚ ਵੀ। ਸੋ ਲੋਕਾਂ ਨੂੰ ਬਹੁਤ ਵੱਡੀਆਂ ਆਸਾਂ ਸੀ ਸਰਕਾਰ ਤੋਂ ਕਿ ਇਹ ਸਰਕਾਰ ਆਉਣ ਨਾਲ ਵੀ ਜਿਹੜਾ ਭ੍ਰਿਸ਼ਟਾਚਾਰ ਘਟੂਗਾ, ਲੇਕਿਨ ਉਹ ਗਰਾਊਂਡ ਲੈਵਲ 'ਤੇ ਉਹ ਘਟਿਆ ਨਹੀਂ, ਸਭ ਤੋਂ ਵਧਿਆ ਵਾ। ਸੋ ਸਰਕਾਰ ਨੂੰ ਚਾਹੀਦਾ ਕਿ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ, ਲੋਕਾਂ ਨੂੰ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਕਿਸੇ ਕੰਮ ਲਈ ਰਿਸ਼ਵਤ ਨਾ ਦੇਣੀ ਪਵੇ, ਖੱਜਲ ਖੁਆਰ ਨਾ ਹੋਣਾ ਪਵੇ, ਇਹ ਸਰਕਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਗਈ। ਡੀਜੀਪੀ ਸਾਹਿਬ ਤਲਬ ਕੀਤਾ ਸੀਗਾ, ਕੱਲ੍ਹ ਡੀਜੀਪੀ ਸਾਹਿਬ ਆਏ ਨਹੀਂ ਹੈਗੇ। ਚਲੋ, ਤਾਂ ਹੁਣ ਬਿੱਲ ਆਇਆ ਠੀਕ ਹੈ ਜੀ? ਦੇਖੋ, ਉਹਦੇ ਵਿੱਚ ਕੁਛ ਭੰਬਲ ਭੂਸਾ ਤਾਂ ਹੈਗਾ ਵਾ ਨਾ, ਕੁਛ ਲੋਕਾਂ ਨੂੰ ਜਿਨ੍ਹਾਂ ਦੇ 500 ਗਜ਼ ਤੋਂ ਵੱਡੇ ਪਲੋਟ ਨੇ, ਜਾਂ ਮੈਂ ਕੱਲ੍ਹ ਉੱਥੇ ਗੱਲਾਂ ਕੀਤੀਆਂ ਸਾਰੀਆਂ, ਮਾਸਟਰ ਪਲਾਨ ਆ, ਬਹੁਤ ਸਿਸਟਮ ਪਲੈਨਿੰਗਸ ਜਿਹੜੀਆਂ, ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਬਾਕੀ ਇਹਨੂੰ ਪੂਰਾ ਕੰਪਲੀਟ ਬਿੱਲ ਆਊਗਾ ਤਾਂ ਉਹ, ਉਸ ਤੋਂ ਬਾਅਦ ਨੋਟੀਫਿਕੇਸ਼ਨ ਹੋ ਕੇ ਫਿਰ ਉਹਦੀ ਕਲੈਰਿਟੀ ਹੋਊਗੀ। ਪਹਿਲੀ ਸਭ, ਤੁਹਾਨੂੰ ਤਾਂ ਕੱਲ੍ਹ ਕਲੀਨ ਚਿੱਟ ਵਿਧਾਨ ਸਭਾ ਦੇ ਅੰਦਰ ਦਿੱਤੀ ਗਈ ਕਿ ਤੁਸੀਂ, ਤੁਹਾਡਾ ਕੰਮ ਬਿਲਕੁਲ ਠੀਕ ਠਾਕ ਹੈ, ਕਲੋਨੀਆਂ ਕੱਟਣ ਵਾਲਾ, ਪਰ ਗੜਬੜ ਕਿੱਥੇ ਹੁੰਦੀ ਹੈ? ਜਿਹੜੇ ਲੋਕ ਤਾਂ ਹੱਥ ਖੜੇ ਚੀਕਾਂ ਮਾਰਦੇ ਫਿਰਦੇ ਆ, ਇੱਕ ਹਾਈਕੋਰਟ ਦੇ ਵਿੱਚ ਮਸਲਾ ਚੱਲ ਰਿਹਾ ਇੱਕ ਬਿਲਡਰ ਦਾ, ਤਾਂ ਉਹ ਗੜਬੜ ਕਿਵੇਂ ਅਤੇ ਕਿੱਥੇ ਹੁੰਦੀ ਹੈ, ਉਹਨੂੰ ਰੋਕਿਆ ਕਿਵੇਂ ਜਾ ਸਕਦਾ? ਦੇਖੋ, ਪਿਛਲੇ ਟਾਈਮ ਦੇ ਵਿੱਚ ਨਾ ਜਿਹੜੀਆਂ ਅਨਅਪਰੂਵਡ ਕਲੋਨੀਆਂ ਜ਼ਿਆਦਾ ਬਣਨ ਨਾਲ ਜਿਹੜੇ ਸਲਮਸ ਬਣੇ ਨੇ, ਉਹਦੇ ਕਰਕੇ ਜਿਹੜੇ ਅਪਰੂਵਡ ਕਲੋਨੀਆਂ ਕੱਟਣ ਵਾਲੇ ਸੀ ਉਹ ਡੀਮੋਰਲਾਈਜ਼ ਹੋਏ ਨੇ। ਜੇ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਸਖਤੀ ਦੇ ਨਾਲ ਜਿਹੜੀਆਂ ਅਨਅਪਰੂਵਡ 'ਤੇ ਰੋਕ ਲੱਗੂਗੀ, ਤਾਂ ਹੀ ਜਿਹੜੇ ਪਲੈਨਡ ਨੇ ਪ੍ਰੋਪਰ ਅਪਰੂਵਡ ਕਲੋਨੀਆਂ ਬਣਨਗੀਆਂ। ਸੋ ਸਰਕਾਰ ਨੂੰ ਆਉਣ ਵਾਲੇ ਸਮੇਂ 'ਚ ਬਿਲਕੁਲ ਇਹ 'ਤੇ ਰੋਕ ਲਾਉਣੀ ਚਾਹੀਦੀ ਹੈ। ਠੀਕ ਹੈ, ਚਰਚਾ ਹੋਈ ਅੱਜ, ਤੁਹਾਨੂੰ ਕੀ ਲੱਗਦਾ ਕਿਸ ਮਸਲੇ 'ਤੇ ਚਰਚਾ ਹੋਣੀ ਚਾਹੀਦੀ ਹੈ ਅਤੇ ਹੋਏਗੀ? ਦੇਖੋ, ਪੰਜਾਬ ਦੇ ਕਾਫੀ ਮੁੱਦੇ ਹੈਗੇ ਨੇ ਅੱਜ, ਜਿਵੇਂ ਪਹਿਲਾਂ ਕੁਐਸਚਨ ਆਵਰ ਵੀ ਹੈਗਾ, ਉਹਦੇ ਵਿੱਚ ਸਵਾਲ ਵੀ ਲੱਗੇ ਹੋਏ ਨੇ ਕੁਝ ਸੜਕਾਂ ਨੂੰ ਲੈ ਕੇ, ਸੜਕਾਂ ਦੀ ਮੁਰੰਮਤ ਨੂੰ ਲੈ ਕੇ ਜਿਹੜੇ ਮੇਰੇ ਆਪਣੇ ਸਵਾਲ ਲੱਗੇ ਹੋਏ ਆ, ਤੇ ਉਸ ਤੋਂ ਬਿਨਾਂ ਹੋਰ ਵੀ ਜਿਹੜੇ ਇਸ਼ੂਜ਼ ਹੈਗੇ ਨੇ ਉਹ ਲੋਕਾਂ ਨਾਲ ਸੰਬੰਧਿਤ, ਚਾਹੇ ਉਹ ਵੱਖ ਵੱਖ ਵਿਸ਼ਿਆਂ ਦੇ ਆ, ਮੁਲਾਜ਼ਮਾਂ ਦੇ ਨੇ, ਕੱਲ੍ਹ ਵੀ ਕਾਫੀ ਜਿਹੜੇ ਮੁਲਾਜ਼ਮਾਂ ਦੇ ਮੁੱਦੇ ਸੀਗੇ ਚੱਕੇ ਗਏ, ਕਿਉਂਕਿ ਮੁਲਾਜ਼ਮਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਰਕਾਰ ਨੇ, 2.5 ਸਾਲ ਲੰਘੇ, ਲੇਕਿਨ ਉਹ ਵਾਅਦੇ ਪੂਰੇ ਨਹੀਂ ਹੋ ਸਕੇ ਅਜੇ ਤੱਕ। ਓਲਡ ਪੈਨਸ਼ਨ ਸਕੀਮ ਦਾ ਜਿਹੜਾ ਮਸਲਾ ਹੈਗਾ, ਉਹ ਤਕਰੀਬਨ ਬਹੁਤ ਸਾਰੇ ਮੁਲਾਜ਼ਮਾਂ ਨਾਲ ਜੁੜਿਆ ਹੋਇਆ, ਹੋਰ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਨੇ, ਜਿਹੜੀਆਂ ਤਰਸ ਆਧਾਰ 'ਤੇ ਨੌਕਰੀਆਂ ਦਾ ਮਸਲਾ, ਕਿਸੇ ਦੀ ਜੇ ਮੌਤ ਹੋ ਜਾਂਦੀ ਆ, 3-3, 4-4 ਸਾਲ ਉਹ ਪਰਿਵਾਰ ਦੇ ਮੈਂਬਰ ਉਹ ਧੱਕੇ ਖਾਂਦੇ ਰਹਿੰਦੇ ਨੇ। ਸੋ ਇਸ ਤਰ੍ਹਾਂ ਦੇ ਜਿੰਨੇ ਵੀ ਮੁਲਾਜ਼ਮਾਂ ਨਾਲ ਜੁੜੇ ਹੋਏ ਮਸਲੇ ਨੇ ਉਹਨਾਂ 'ਤੇ ਵੀ, ਕਿਸਾਨਾਂ ਦੇ ਮਸਲੇ ਵੀ ਚੱਕੇ ਗਏ ਨੇ। ਸੋ ਹਰ ਵਰਗ ਦਾ ਮਸਲਾ, ਜਿਹੜਾ ਜਿੰਨਾ ਵੀ ਸਾਨੂੰ ਸਮਾਂ ਮਿਲੂਗਾ, ਤੇ ਅਸੀਂ ਹਰ ਵਰਗ ਦੇ ਮਸਲੇ ਆ ਜਿਹੜੇ ਵਿਧਾਨ ਸਭਾ 'ਚ ਉਠਾਵਾਂਗੇ। ਸਪੀਕਰ ਸਾਹਿਬ ਨੇ ਇੱਕ ਹੋਮ ਸੈਕਟਰੀ ਨੂੰ ਚਿੱਠੀ ਲਿਖ ਕੇ ਸਾਰੇ ਭ੍ਰਿਸ਼ਟ ਅਧਿਕਾਰੀਆਂ ਦਾ ਡਾਟਾ ਮੰਗਿਆ, ਹਾਲਾਂਕਿ ਪਹਿਲਾਂ ਕੇਸਰੀ ਦੇ ਮਸਲੇ ਦੀ ਗੱਲ ਹੋਈ ਸੀ, ਪਰ ਕਹਿੰਦੇ ਨੇ ਕਿ ਉਹ ਇੱਕ ਦੀ ਜਗ੍ਹਾ ਤੇ ਸਾਰਿਆਂ ਦਾ ਜਿਹੜਾ ਹੈਗਾ ਡਾਟਾ ਮੰਗ ਲਿਆ ਗਿਆ, ਚਿੱਠੀ ਲਿਖੀ ਗਈ ਹੈ ਸਪੀਕਰ ਸਾਹਿਬ ਵੱਲੋਂ।
ਦੇਖੋ ਭ੍ਰਿਸ਼ਟਾਚਾਰ ਨੂੰ ਲੈ ਕੇ ਸਰਕਾਰ ਬਣੀ ਸੀਗੀ, ਇਹਨਾਂ ਦਾ ਮੁੱਖ ਮੁੱਦਾ ਸੀ ਦਿੱਲੀ ਦੇ ਵਿੱਚ ਵੀ ਕੇਜਰੀਵਾਲ ਸਾਹਿਬ ਦਾ ਅਤੇ ਪੰਜਾਬ ਦੇ ਵਿੱਚ ਵੀ। ਸੋ ਲੋਕਾਂ ਨੂੰ ਬਹੁਤ ਵੱਡੀਆਂ ਆਸਾਂ ਸੀ ਸਰਕਾਰ ਤੋਂ ਕਿ ਇਹ ਸਰਕਾਰ ਆਉਣ ਨਾਲ ਵੀ ਜਿਹੜਾ ਭ੍ਰਿਸ਼ਟਾਚਾਰ ਘਟੂਗਾ, ਲੇਕਿਨ ਉਹ ਗਰਾਊਂਡ ਲੈਵਲ 'ਤੇ ਉਹ ਘਟਿਆ ਨਹੀਂ, ਸਭ ਤੋਂ ਵਧਿਆ ਵਾ। ਸੋ ਸਰਕਾਰ ਨੂੰ ਚਾਹੀਦਾ ਕਿ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ, ਲੋਕਾਂ ਨੂੰ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਕਿਸੇ ਕੰਮ ਲਈ ਰਿਸ਼ਵਤ ਨਾ ਦੇਣੀ ਪਵੇ, ਖੱਜਲ ਖੁਆਰ ਨਾ ਹੋਣਾ ਪਵੇ। ਇਹ ਸਰਕਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਗਈ। ਦੇਖੋ ਉਹਦੇ ਵਿੱਚ ਕੁਛ ਭੰਬਲ ਭੂਸਾ ਤਾਂ ਹੈਗਾ ਵਾ ਨਾ, ਕੁਛ ਲੋਕਾਂ ਨੂੰ ਜਿਨ੍ਹਾਂ ਦੇ 500 ਗਜ਼ ਤੋਂ ਵੱਡੇ ਪਲਾਟ ਨੇ, ਜਾਂ ਮੈਂ ਕੱਲ੍ਹ ਉੱਥੇ ਗੱਲਾਂ ਕੀਤੀਆਂ ਸਾਰੀਆਂ, ਮਾਸਟਰ ਪਲਾਨ ਆ, ਬਹੁਤ ਸਿਸਟਮ ਪਲੈਨਿੰਗਸ ਜਿਹੜੀਆਂ, ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਬਾਕੀ ਇਹਨੂੰ ਪੂਰਾ ਕੰਪਲੀਟ ਬਿੱਲ ਆਊਗਾ ਤਾਂ ਉਹ ਉਸ ਤੋਂ ਬਾਅਦ ਨੋਟੀਫਿਕੇਸ਼ਨ ਹੋ ਕੇ ਫਿਰ ਉਹਦੀ ਕਲੈਰਿਟੀ ਹੋਊਗੀ। ਪਹਿਲੀ ਸਭ ਤੁਹਾਨੂੰ ਤਾਂ ਕੱਲ੍ਹ ਕਲੀਨ ਚਿੱਟ ਵਿਧਾਨ ਸਭਾ ਦੇ ਅੰਦਰ ਦਿੱਤੀ ਗਈ ਕਿ ਤੁਸੀਂ ਤੁਹਾਡਾ ਕੰਮ ਬਿਲਕੁਲ ਠੀਕ ਠਾਕ ਹੈ, ਕਲੋਨੀਆਂ ਕੱਟਣ ਵਾਲਾ, ਪਰ ਗੜਬੜ ਕਿੱਥੇ ਹੁੰਦੀ ਹੈ? ਜਿਹੜੇ ਲੋਕ ਤਾਂ ਹੱਥ ਖੜੇ ਚੀਕਾਂ ਮਾਰਦੇ ਫਿਰਦੇ ਆ, ਇੱਕ ਹਾਈਕੋਰਟ ਦੇ ਵਿੱਚ ਮਸਲਾ ਚੱਲ ਰਿਹਾ ਇੱਕ ਬਿਲਡਰ ਦਾ, ਤਾਂ ਉਹ ਗੜਬੜ ਕਿਵੇਂ ਅਤੇ ਕਿੱਥੇ ਹੁੰਦੀ ਹੈ, ਉਹਨੂੰ ਰੋਕਿਆ ਕਿਵੇਂ ਜਾ ਸਕਦਾ? ਦੇਖੋ ਪਿਛਲੇ ਟਾਈਮ ਦੇ ਵਿੱਚ ਨਾ ਜਿਹੜੀਆਂ ਅਨਅਪਰੂਵਡ ਕਲੋਨੀਆਂ ਜ਼ਿਆਦਾ ਬਣਨ ਨਾਲ ਜਿਹੜੇ ਸਲਮਸ ਬਣੇ ਨੇ, ਉਹਦੇ ਕਰਕੇ ਜਿਹੜੇ ਅਪਰੂਵਡ ਕਲੋਨੀਆਂ ਕੱਟਣ ਵਾਲੇ ਸੀ ਉਹ ਡੀਮੋਰਲਾਈਜ਼ ਹੋਏ ਨੇ। ਜੇ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਸਖਤੀ ਦੇ ਨਾਲ ਜਿਹੜੀਆਂ ਅਨਅਪਰੂਵਡ 'ਤੇ ਰੋਕ ਲੱਗੂਗੀ, ਤਾਂ ਹੀ ਜਿਹੜੇ ਪਲੈਨਡ ਨੇ ਪ੍ਰੋਪਰ ਅਪਰੂਵਡ ਕਲੋਨੀਆਂ ਬਣਨਗੀਆਂ। ਸੋ ਸਰਕਾਰ ਨੂੰ ਆਉਣ ਵਾਲੇ ਸਮੇਂ 'ਚ ਬਿਲਕੁਲ ਇਹ 'ਤੇ ਰੋਕ ਲਾਉਣੀ ਚਾਹੀਦੀ ਹੈ।